ਅਸੀਂ ਅਵਾਰਡ ਲੈਣ, ਮਹਿੰਗੇ ਮਹਿੰਗੇ ਕੱਪੜੇ ਪਾਉਣ, ਜਾਂ ਸਟਾਰ ਕੌਣ ਥੋੜੀਆਂ ਆ। ਅਸੀਂ ਤਾਂ ਡਿੱਕੀ ਕੱਢਣੀ ਦੋ ਦਿਨ ਦੀ ਕਰਤੀ ਕਾਰੀ ਚ ਆ ਕੇ। ਸੁਣਦੇ ਥੱਕ ਜਾਓਗੇ। ਹਜੇ ਬਸ ਤੀਸਰੀ, ਸਾਰਿਆਂ ਦੀ ਆਵਾਜ਼ ਆਉਣੀ ਸੋਝੀ। ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੇ ਵੀਡੀਓ ਵਿੱਚ ਸਿੱਧੂ ਮੂਸੇਵਾਲੇ ਬਾਰੇ ਇੱਕ ਖਾਸ ਅਤੇ ਵੱਡਾ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ। ਇਸ ਲਈ ਵੀਡੀਓ ਦੇਖ ਰਹੇ ਸਿੱਧੂ ਮੂਸੇਵਾਲੇ ਦੇ ਸਾਰੇ ਫੈਨਸ ਵੀਡੀਓ ਨੂੰ ਹੁਣੇ ਚਲਦੀ ਲਾਈਕ ਅਤੇ ਸ਼ੇਅਰ ਕਰ ਦਵੋ, ਅਤੇ ਨਾਲ ਹੀ ਜਿਹੜੇ ਦੋਸਤ ਨਵੇਂ ਹਨ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਬੈਲ ਜ਼ਰੂਰ ਔਨ ਕਰ ਲਓ, ਤਾਂ ਕਿ ਇੰਡਸਟਰੀ ਦੀ ਹਰ ਛੋਟੀ ਵੱਡੀ ਖਬਰ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ। ਸੋ ਤੁਹਾਡਾ ਹੋਰ ਸਮਾਂ ਨਾ ਲੈਂਦੇ ਹੋਏ ਚਲੋ ਵੱਧਦੇ ਹਾਂ ਅੱਜ ਦੇ ਅਪਡੇਟ ਵੱਲ। ਦੋਸਤੋ, ਜਿਵੇਂ ਕਿ ਸਿੱਧੂ ਮੂਸੇਵਾਲਾ ਪਿਛਲੇ ਸਾਲ ਜਾਣੀ ਕਿ 2019 ਦੇ ਵਿੱਚ ਵੀ ਇਹ ਐਲਾਨ ਕਰ ਚੁੱਕੇ ਹਨ ਕਿ 2020 ਦੇ ਵਿੱਚ ਉਹ ਆਪਣੇ ਫੈਨਸ ਦੇ ਲਈ ਇੰਨਾ ਜ਼ਿਆਦਾ ਗਾਣਾ ਲੈ ਕੇ ਆ ਰਹੇ ਹਨ ਕਿ ਉਹਨਾਂ ਦੇ ਫੈਨਸ ਇਸ ਗਾਣਿਆਂ ਨੂੰ ਸੁਣਦੇ ਥੱਕ ਜਾਣਗੇ, ਪਰ ਉਹਨਾਂ ਦੇ ਗਾਣਿਆਂ ਦੀ ਬਰਸਾਤ ਇਸ ਤਰ੍ਹਾਂ ਹੋਵੇਗੀ ਜਿਵੇਂ ਤਰਪਾਲ 'ਤੇ ਗੜੇ ਪੈਂਦੇ ਹੁੰਦੇ ਨੇ। ਅਤੇ ਹੁਣ 2020 ਦੀ ਸਟਾਰਟਿੰਗ ਦੇ ਵਿੱਚ ਵੀ ਉਹਨਾਂ ਨੇ ਵੱਡੇ ਧਮਾਕੇ ਕਰਨੇ ਸ਼ੁਰੂ ਕਰ ਦਿੱਤੇ ਹਨ, ਜਿੱਥੇ ਲਾਈਵ ਸ਼ੋਜ਼ ਦੇ ਨਾਲ ਨਵੇਂ ਗਾਣੇ ਵੀ ਆ ਰਹੇ ਨੇ ਜੋ ਕਿ ਸੁਪਰ ਡੂਪਰ ਹਿੱਟ ਹੋ ਰਹੇ ਹਨ। ਅਤੇ ਇੱਥੇ ਇਹ ਵੀ ਖਬਰ ਸਾਹਮਣੇ ਆਈ ਹੈ ਕਿ ਸਿੱਧੂ ਮੂਸੇਵਾਲੇ ਦੀ ਸੈਕਿੰਡ ਐਲਬਮ ਵੀ ਬਹੁਤ ਜਲਦ ਰਿਲੀਜ਼ ਹੋਣ ਵਾਲੀ ਹੈ, ਜਿਸ ਦੇ ਵਿੱਚ 8 ਤੋਂ ਲੈ ਕੇ 9 ਗਾਣੇ ਹੋਣਗੇ। ਸੋ ਦੋਸਤੋ, ਤੁਹਾਨੂੰ ਸਿੱਧੂ ਮੂਸੇਵਾਲੇ ਦੇ ਨਵੇਂ ਗਾਣਿਆਂ ਦਾ ਅਤੇ ਉਹਨਾਂ ਦੀ ਐਲਬਮ ਦਾ ਕਿੰਨਾ ਕੁ ਇੰਤਜ਼ਾਰ ਹੈ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ, ਅਤੇ ਨਾਲ ਹੀ ਕੀ ਤੁਹਾਨੂੰ ਲੱਗਦਾ ਹੈ ਕਿ ਸਿੱਧੂ ਮੂਸੇਵਾਲੇ ਦੇ ਇੰਨੇ ਗਾਣਿਆਂ ਦੇ ਨਾਲ ਹੋਰਾਂ ਸਿੰਗਰਾਂ ਦੇ ਗਾਣਿਆਂ 'ਤੇ ਅਸਰ ਪੈਂਦਾ ਜਾਂ ਫਿਰ ਨਹੀਂ, ਇਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸ ਕੇ ਜਾਇਓ। ਸੋ ਆਓ ਜਾਂਦੇ ਜਾਂਦੇ ਝਲਕ ਮਾਰਦੇ ਹਾਂ ਸਿੱਧੂ ਮੂਸੇਵਾਲੇ ਦੇ ਲਾਈਵ ਸ਼ੋਅ ਦੇ ਵਿੱਚ ਕੀਤੇ ਗਏ ਇਸ ਲੇਟੈਸਟ ਐਲਾਨ 'ਤੇ। ਇੰਨਾ ਗਾਣਾ ਸੁਣਾਉਣਾ ਨਾ, ਸੁਣਦੇ ਥੱਕ ਜਾਓਗੇ। ਹਜੇ ਬਸ ਤੀਸਰੀ, ਸਾਰਿਆਂ ਦੀ ਆਵਾਜ਼ ਆਉਣੀ ਸੋਝੀ ਹੈ।